ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ। ਆਸ ਕਰਦੇ ਹਾਂ ਕਿ ਸਾਰੇ ਵੀਰ ਵਧੀਆ ਹੀ ਹੋਣਗੇ। ਲਓ ਵੀਰ ਜੀ, ਵੀਡੀਓ ਤੁਹਾਡੇ ਵਾਸਤੇ ਆਪਾਂ ਇੱਕ ਹੋਰ ਲੈ ਕੇ ਆਏ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਵਾ ਕਰੋਨਾ ਵਾਇਰਸ ਦਾ, ਅਤੇ ਇੰਡੀਆ ਦੇ ਵਿੱਚ ਬੈਠੇ ਵੀ ਆਪਣੇ ਭੈਣ ਭਰਾ, ਆਪਣੇ ਰਿਸ਼ਤੇਦਾਰ, ਆਪਣੇ ਸਾਰੇ ਜਿੰਨੇ ਹੈਗੇ ਉਹ ਬਹੁਤ ਜ਼ਿਆਦੀਆਂ ਟੈਨਸ਼ਨਾਂ ਲੈ ਰਹੇ ਨੇ। ਠੀਕ ਹੈ ਕਿ ਪਤਾ ਨਹੀਂ ਇਟਲੀ ਦੇ ਵਿੱਚ ਕੀ ਹੋ ਗਿਆ। ਅਤੇ ਆਪਾਂ ਚਲੋ ਥੋੜ੍ਹੀ ਬਹੁਤੀ ਗੱਲ ਇਹਦੇ ਬਾਰੇ ਕਰਦੇ ਹਾਂ। ਕੁਛ ਬੜਿਆਂ ਵੀਰਾਂ ਦੇ ਵੀ ਪਾਉਂਦੇ ਆ ਕਿ ਹਾਂਜੀ ਭਾਅ ਜੀ, ਹੁਣ ਤੁਹਾਨੂੰ ਦੱਸੋ ਕਿ ਸਾਡੇ ਜਿਹੜੇ ਪੇਪਰ ਆ ਉਹਨਾਂ ਦਾ ਕੀ ਚੱਕਰ ਆ, ਪੇਪਰ ਗਾਂਹ 2020 ਦੇ ਵਿੱਚ ਨਿਕਲਣਗੇ ਕਿ ਨਹੀਂ ਨਿਕਲਣਗੇ, 2019 ਵਾਲੇ ਪੇਪਰ ਨਿਕਲਣਗੇ ਕਿ ਨਹੀਂ ਨਿਕਲਣਗੇ। ਠੀਕ ਹੈ, ਕਰੋਨਾ ਵਾਇਰਸ ਕਦੋਂ ਖਤਮ ਹੋਊਗਾ, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਤੁਹਾਡੇ ਨਾਲ, ਤੁਹਾਨੂੰ ਦੱਸਣ ਵਾਲੀਆਂ ਵਾ ਕਿ ਜਿਹੜੀਆਂ ਕਿ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਕਰਾਂਗੇ। ਅਤੇ ਵੀਡੀਓ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਹਮੇਸ਼ਾ ਇੱਕ ਤਰ੍ਹਾਂ ਤੁਹਾਨੂੰ ਗੱਲ ਜ਼ਰੂਰ ਕਹੂੰਗਾ ਕਿ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਨਾਲ ਹੀ ਬੈੱਲ ਆਈਕੋਨ 'ਤੇ ਵੀ ਕਲਿੱਕ ਜ਼ਰੂਰ ਕਰੋ, ਤਾਂ ਜੋ ਕੋਈ ਵੀ ਨਵੀਂ ਵੀਡੀਓ, ਨਵੀਂ ਇਨਫੋਰਮੇਸ਼ਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਵੇ ਤਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ, ਅਤੇ ਤੁਸੀਂ ਉਹ ਵੀਡੀਓ ਸਭ ਤੋਂ ਪਹਿਲਾਂ ਵੇਖ ਸਕੋ, ਅਤੇ ਉਸਨੂੰ ਗਾਂਹ ਸ਼ੇਅਰ ਕਰ ਸਕੋ, ਅਤੇ ਉਸ ਤੋਂ ਕੁਛ ਸਿੱਖ ਸਕੋ। ਲਓ ਵੀਰ ਜੀ, ਮੇਨ ਗੱਲ ਕਰਦੇ ਹਾਂ ਆਪਾਂ ਜਿਹੜੀ ਸਭ ਤੋਂ ਪਹਿਲਾਂ ਕਿ ਕਰੋਨਾ ਵਾਇਰਸ ਦੀ, ਜਿਹੜਾ ਕਿ ਇਟਲੀ ਦੇ ਵਿੱਚ, ਅਤੇ ਇਟਲੀ 'ਚ ਨਹੀਂ ਸਾਰੇ ਵਰਲਡ ਦੇ ਉੱਪਰ ਇਹਨੇ ਆਪਣਾ ਪੈਰ ਜਮਾਏ ਹੋਏ ਨੇ। ਠੀਕ ਆ, ਅਤੇ ਇਹਦੇ ਬਾਰੇ ਆਪਾਂ ਥੋੜ੍ਹੀ ਬਹੁਤੀ ਗੱਲ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਮੇਨ ਚੀਜ਼ਾਂ ਇਹਦੇ ਤੋਂ ਜਿਹੜੀ ਸਾਵਧਾਨੀ ਵਰਤਣੀ ਉਹ ਤਾਂ ਆਪਾਂ ਨੂੰ ਪਤਾ ਹੀ ਆ। ਠੀਕ ਆ, ਕਿ ਆਪਣੀ ਥੋੜ੍ਹੀ ਸਫਾਈ ਰੱਖਣੀ ਆ, ਆਪਣੇ ਹੱਥ ਪੈਰ ਜਿਹੜੇ ਆ, ਕਿਤੇ ਬਾਹਰ ਜਾਣਾ ਵਾ ਆਪਾਂ, ਠੀਕ ਹੈ, ਅਤੇ ਬਾਹਰ ਜਦੋਂ ਘਰ ਆਉਣਾ ਵਾ ਜਾਂ ਕੁਛ ਵੀ ਆ, ਉਹਦੇ ਵਾਸਤੇ ਆਪਾਂ ਨੂੰ ਆਪਣੇ ਹੱਥ ਧੋਣੇ ਚਾਹੀਦੇ ਆ। ਠੀਕ ਆ, ਵਾਰ ਵਾਰ ਆਪਾਂ ਨੂੰ ਆਪਣੇ ਜਿਹੜੇ ਹੱਥ ਮੂੰਹ ਦੇ ਨਾਲ ਲਾਉਣੇ ਚਾਹੀਦੇ, ਅਤੇ ਬਾਹਰ ਦੀਆਂ ਚੀਜ਼ਾਂ ਘੱਟ ਖਾਓ। ਠੀਕ ਆ, ਇਹ ਤੁਹਾਨੂੰ ਲੋਕ ਸਭ ਨੂੰ ਪਤਾ ਹੀ ਹੈਗਾ ਵਾ। ਬਾਕੀ ਇਟਲੀ ਦੇ ਵਿੱਚ ਜੋ ਗੱਲਬਾਤ ਚੱਲ ਰਹੀ ਹੈ ਕਿ ਬਹੁਤ ਬੁਰੀ ਹਾਲਤ ਹੋ ਚੁੱਕੀ ਆ, ਬਹੁਤ ਕੁੱਤਰ, ਹੈ ਨਾ, ਬਹੁਤ ਜ਼ਿਆਦਾ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਆ ਗਈ ਆ ਕਿ ਇਟਲੀ ਵਿੱਚ ਬਹੁਤ ਤਕੜੀ ਪ੍ਰੋਬਲਮ ਆ ਇਹਦੀ। ਅਤੇ ਉਹ ਵੀਰ ਜੀ, ਚਲੋ ਪ੍ਰੋਬਲਮ ਤਾਂ ਜਿਹੜੀ ਹੈਗੀ ਆ ਹੈਗੀ ਆ, ਠੀਕ ਆ, ਬਟ ਸਭ ਤੋਂ ਮੇਨ ਗੱਲ ਇਹ ਕਿ ਤੁਹਾਨੂੰ ਮੈਂ ਕਰੂੰਗਾ ਕਿ ਜਿਵੇਂ ਲੋਕਾਂ ਨੇ ਬੜਾ ਕਿਹਾ ਵਾ ਕਿ ਹਾਂਜੀ ਵੀ ਇਟਲੀ ਸਾਰਾ ਬੰਦ ਹੋ ਚੁੱਕਾ, ਹੈ ਨਾ। ਵੇਖੋ ਵੀਰ ਜੀ, ਸਾਰਾ ਨਹੀਂ ਇਟਲੀ ਬੰਦ ਹੋਇਆ, ਠੀਕ ਆ, ਉਹ ਸਿਰਫ ਕੁਝ ਕੁ ਦੁਕਾਨਾਂ, ਕੁਝ ਕੁ ਕੰਮ ਇਹੋ ਜਿਹੇ ਆ ਕਿ ਜਿਹੜੇ ਉਹਨਾਂ ਨੇ ਬੰਦ ਕਰਤੇ ਆ, ਅਦਰਵਾਈਜ਼ ਬਾਕੀ ਸਾਰੇ ਕੰਮ, ਬਾਕੀ ਜਿੱਦਾਂ ਮਰਕਾਤਾਂ ਹੋ ਗਈਆਂ, ਸੁਪਰ ਮਾਰਕਾਟਾਂ ਹੋ ਗਈਆਂ, ਮੈਗਾਜ਼ੀਨੋਂ ਹੋ ਗਏ, ਠੀਕ ਆ, ਉਹ ਸਾਰੇ ਖੁੱਲ੍ਹੇ ਆ। ਠੀਕ ਆ, ਜਿੱਥੋਂ ਵੀ ਲੋਕਾਂ ਨੂੰ ਇਸ ਚੀਜ਼ ਨੂੰ ਰੋਕਣ ਲਈ ਸਮਾਨ ਮਿਲਦਾ ਵਾ ਨਾ, ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਮੈਂ ਦਿੰਦਾ ਵਾਂ ਕਿ ਜਿਹੜੀ ਵੀ ਮਾਰਕੀਟ ਤੋਂ, ਕਿਸੇ ਵੀ ਤੋਂ ਤੁਹਾਨੂੰ ਇਹ ਪਤਾ ਵਾ ਕਿ ਕਾਰਤਾ ਜੈਨਿਕਾ ਮਿਲਦੀ ਆ, ਜਾਂ ਅਲਕੋਹਲ ਮਿਲਦੀ ਆ, ਜਾਂ ਉੱਥੋਂ ਅਮੋਨਿਕਾ ਮਿਲਦੀ ਆ, ਜਾਂ ਮਾਸਕਰੇ ਮਿਲਦੇ ਆ ਕਿਸੇ ਵੀ ਦੁਕਾਨ ਤੋਂ, ਤੁਸੀਂ ਇਹ ਸੋਚ ਲਓ ਕਿ ਉਹ ਜਿਹੜੀ ਦੁਕਾਨ ਆ ਉਹ ਬੰਦ ਨਹੀਂ ਗੀ, ਉਹ ਖੁੱਲ੍ਹੀ ਆ। ਠੀਕ ਆ, ਬੰਦ ਉਹਨਾਂ ਨੇ ਕੁਛ ਕੁ ਚੀਜ਼ਾਂ ਕੀਤੀਆਂ ਵਾ, ਜਿਵੇਂ ਕਿ ਡਿਸਕੋ ਠੇਕੇ ਹੋ ਗਏ, ਓਕੇ, ਕਈ ਉਹਨਾਂ ਨੇ ਰੈਸਟੋਰੈਂਟ ਬੰਦ ਕਰਤੇ ਆ, ਕੁਛ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਪਾਰੂ ਕਿਹੜੇ ਜਿੰਨੇ ਆਪਾਂ ਨਾਈ ਵਾਲੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਵਾ ਉਹਨਾਂ ਨੂੰ ਬੰਦ ਕਰਤਾ ਵਾ। ਠੀਕ ਆ, ਸਿਰਫ ਇਸ ਚੀਜ਼ ਨੂੰ ਰੋਕਣ ਵਾਸਤੇ ਇੱਥੋਂ ਕਿ ਜਿਹੜੀ ਇਹ ਚੀਜ਼ ਆ, ਜਿਹੜੀ ਇਹ ਵਾਇਰਸ ਆ ਨਾ, ਇਸਦਾ ਫਿਲਹਾਲ ਕੋਈ ਇਲਾਜ ਨਹੀਂ, ਕੋਈ ਕੁਛ ਨਹੀਂ ਕਿਸੇ ਕੋਲ ਹੈਗਾ, ਅਤੇ ਇਹਦਾ ਸਿਰਫ ਇੱਕੋ ਹੀ ਇਲਾਜ ਆ, ਉਹ ਸਿਰਫ ਇਹ ਵਾ ਕਿ ਤੁਸੀਂ ਆਪਣੀ ਸੇਫਟੀ ਰੱਖਣੀ ਹੈ। ਅਤੇ ਆਪਣੀ ਸੇਫਟੀ ਰੱਖਣ ਵਾਸਤੇ ਉਹਨਾਂ ਨੇ ਇਹ ਕਿਹਾ ਵਾ ਕਿ ਜਦੋਂ ਵੀ ਤੁਸੀਂ ਕੰਮ ਤੋਂ ਆਉਣਾ ਵਾ, ਸਿੱਧਾ ਆਪਣੇ ਘਰ ਆਉਣਾ ਵਾ, ਅਤੇ ਘਰੋਂ ਸਿੱਧਾ ਕੰਮ 'ਤੇ ਜਾਣਾ ਵਾ, ਉਹਦੇ ਵਾਸਤੇ ਉਹਨਾਂ ਨੇ ਕਈ ਪੇਪਰ ਵੀ ਕੱਢੇ ਆ, ਕਈ ਫੋਲੀਓ ਵੀ ਕੱਢੇ ਆ। ਠੀਕ ਆ, ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਆਪਣਾ ਬਾਹਰ ਨਿਕਲ ਸਕਦੇ ਜੀ, ਅਤੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਰਹਿ ਸਕਦੇ ਜੀ, ਉਹਦੇ ਵਿੱਚ ਉਹਨਾਂ ਨੇ ਸਾਰਾ ਕੁਛ ਦੱਸਿਆ A to Z। ਠੀਕ ਆ, ਇਸ ਕਰਕੇ ਇਹ ਜਿਹੜਾ ਕਰੋਨਾ ਵਾਇਰਸ ਆ, ਇਹਨੂੰ ਬੜਾ ਜ਼ਿਆਦਾ, ਬਹੁਤ ਜ਼ਿਆਦਾ ਹਊਆ ਨਾ ਬਣਾਓ। ਠੀਕ ਆ, ਬਹੁਤ ਹੀ ਵੱਡੀ ਇਹ ਚੀਜ਼ ਨਹੀਂ ਹੈਗੀ ਇਟਲੀ ਦੇ ਵਿੱਚ, ਜਿੰਨਾ ਕਿ ਇੱਥੇ ਰੌਲਾ ਪਾਤਾ ਵਾ। ਠੀਕ ਹੈ ਜੀ, ਸਿਰਫ ਤਾਂ ਸਿਰਫ ਵੱਡੀ ਚੀਜ਼ ਸਿਰਫ ਕਿਉਂ ਆਪਾਂ ਇਹਨੂੰ ਕਹਾਂਗੇ, ਕਿਉਂਕਿ ਇਹਦਾ ਬਹੁਤ ਜ਼ਿਆਦਾ ਰੌਲਾ ਪੈ ਚੁੱਕਾ। ਰੌਲਾ ਕਿਤਨਾ ਪੈ ਚੁੱਕਾ ਵਾ ਕਿ ਫੇਸਬੁੱਕਾਂ 'ਤੇ ਆਈ ਜਾਂਦਾ ਵਾ, ਵਟਸਐਪ 'ਤੇ ਆਈ ਜਾਂਦਾ ਵਾ, ਠੀਕ ਆ, ਟਿਕਟੋਕ 'ਤੇ ਆਈ ਜਾਂਦਾ ਵਾ, ਹੋਰ ਬੜੀਆਂ ਥਾਵਾਂ 'ਤੇ, ਕਿ ਜੇ ਕਿਸੇ ਨੂੰ ਮਾੜੀ ਜੇ ਕਿਸੇ ਗੱਲ ਦਾ ਪਤਾ ਲੱਗਦਾ ਵਾ ਉਹ ਚੁੱਕ ਕੇ ਪਾ ਦਿੰਦਾ ਜੀ, ਓਕੇ ਵੀ ਕਰੋਨਾ ਵਾਇਰਸ ਜਿਸ ਤਰ੍ਹਾਂ ਸਿੱਧੂ ਮੂਸੇਵਾਲੀ ਹੋਈ ਥੋੜ੍ਹੇ ਦਿਨ ਪਹਿਲਾਂ, ਅਤੇ ਹੁਣ ਕਰੋਨਾ ਵਾਇਰਸ ਹੋ ਗਈ ਆ। ਗੱਲ ਤਾਂ ਸਹੀ ਆ, ਹੋਈ ਤਾਂ ਹੈਗੀ ਆ, ਪਰ ਇਹਦਾ ਉਹਨਾਂ ਨੇ ਬਚਾਅ ਵੀ ਦੱਸਿਆ ਆਪਾਂ ਨੂੰ। ਠੀਕ ਆ, ਉਹਦਾ ਬਚਾਅ ਕਰੋ,
ਠੀਕ ਹੈ, ਕਿਸੇ ਭੀੜ ਵਾਲੀ ਜਗ੍ਹਾ 'ਤੇ ਨਾ ਜਾਓ ਜਿੱਥੇ ਬਹੁਤ ਲੋਕ ਇਕੱਠੇ ਹੁੰਦੇ ਆ, ਉੱਥੇ ਨਾ ਜਾਓ। ਠੀਕ ਹੈ, ਆਪਣੇ ਘਰ ਦੇ ਵਿੱਚ ਰਹੋ, ਕੰਮ 'ਤੇ ਜਾਓ, ਕੰਮ ਤੋਂ ਸਿੱਧਾ ਘਰ ਆਓ ਜਿੰਨਾ ਚਿਰ ਉਹਨਾਂ ਨੇ ਕਿਹਾ ਵਾ। ਠੀਕ ਆ, ਜਦੋਂ ਉਹਨਾਂ ਨੇ ਇਹ ਅਲਾਊਂਸ ਕਰਤਾ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਜੀ, ਉਸ ਤੋਂ ਬਾਅਦ ਤੁਸੀਂ ਆਪਣੇ ਡਿਸਕੋ ਠੇਕਿਆਂ ਦੇ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਜਾਓ ਅਤੇ ਆਪਣੀ ਜੋ ਮਰਜ਼ੀ ਇੰਜੋਏ ਕਰੋ। ਚਲੋ ਵੀਰ ਜੀ, ਕਰੋਨਾ ਵਾਇਰਸ ਬਾਰੇ ਆਪਾਂ ਜ਼ਿਆਦਾ ਗੱਲ ਨਹੀਂ ਕਰਨੀ, ਕਿਉਂਕਿ ਬੜੇ ਲੋਕ ਇਹੋ ਜਿਹੇ ਹੈਗੇ ਕਿ ਜਿਹੜੇ ਦੱਸਣ ਵਾਲੇ ਹੈਗੇ ਕਿੰਨੇ ਮਰ ਗਏ ਆ, ਕਿੰਨੇ ਹੋਰ ਪੋਜ਼ਿਟਿਵ ਹੋ ਗਏ ਆ, ਹੈ ਨਾ। ਮੈਂ ਇਹ ਨਹੀਂ ਤੁਹਾਨੂੰ ਦੱਸੂੰਗਾ, ਠੀਕ ਆ, ਕਿਉਂਕਿ ਤੁਹਾਨੂੰ ਮੇਰੇ ਹਿਸਾਬ ਨਾਲ ਵੈਸੇ ਵੀ ਪਤਾ ਲੱਗ ਹੀ ਗਿਆ ਹੋਣਾ ਵਾ, ਬਹੁਤ ਹੋਰ ਵੀਰ ਦੱਸਣ ਵਾਲੇ ਹੈਗੇ ਆ। ਆਪਾਂ ਮੇਨ ਗੱਲ ਕਰਦੇ ਹਾਂ ਕਿ ਕਈਆਂ ਵੀਰਾਂ ਦੇ ਸਵਾਲ ਆ, ਕਈਆਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਆ ਕਿ ਹਾਂਜੀ ਭਾਅ ਜੀ, ਜਿਹੜੇ 2019 ਵਿੱਚ ਪੇਪਰ ਅਸੀਂ ਭਰੇ ਸੀ ਉਹ ਕਰੋਨਾ ਵਾਇਰਸ ਕਰਕੇ ਸਾਡੇ ਨਿਕਲਣਗੇ ਕਿ ਨਹੀਂ ਨਿਕਲਣਗੇ। ਠੀਕ ਹੈ, ਜੇ ਨਿਕਲਣਗੇ ਤਾਂ ਕਦੋਂ ਨਿਕਲਣਗੇ, ਇੱਕ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਇੱਕ ਆਪਾਂ ਗੱਲ ਕਰਾਂਗੇ ਜੇ ਜਿਹੜੇ 2020 ਦੇ ਵਿੱਚ ਨਵੇਂ ਪੇਪਰ, ਨਵੀਂ ਫਲੂਸੀ ਜਿਹਨੂੰ ਕਹਿੰਦੇ ਆ, ਠੀਕ ਹੈ, ਉਹ ਖੁੱਲ੍ਹਣੀ ਆ ਅਤੇ ਉਹ ਕਦੋਂ ਖੁੱਲ੍ਹਣ ਦੇ ਆਸ ਆ ਅਤੇ ਖੁੱਲੂਗੀ ਕਿ ਨਹੀਂ ਖੁੱਲੂਗੀ, ਇੱਕ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਠੀਕ ਹੈ, ਉਹ ਇਹ ਗੱਲਬਾਤ ਕਰਨ ਤੋਂ ਪਹਿਲਾਂ ਥੋੜ੍ਹੇ ਜਿਹੇ ਮੇਰੇ ਵੀਰਾਂ ਦੇ ਸਵਾਲ ਆ ਅਤੇ ਉਹਨਾਂ ਦੇ ਆਪਾਂ ਮੈਂ ਕਿਹਾ ਥੋੜ੍ਹੇ ਜਵਾਬ ਦੇ ਦਈਏ ਆਪਾਂ। ਠੀਕ ਆ, ਲਓ ਜੀ, ਇੱਕ ਵੀਰ ਦੇ ਸਵਾਲ ਪੁੱਛਿਆ ਵਾ, ਉਹ ਕਹਿੰਦਾ ਮੈਨੂੰ ਇੱਕ ਮੰਥ ਹੋ ਗਿਆ ਵਾ ਵੀਜ਼ਾ ਫਾਈਲ ਕੀਤੇ ਨੂੰ, ਹਾਲੇ ਤੱਕ ਨਹੀਂ ਨਿਕਲਿਆ, ਅਤੇ 9 ਮੰਥ ਵਾਲਾ ਕੋਈ ਵਾਇਰਸ ਨਾਲ ਪ੍ਰੋਬਲਮ ਹੋ ਸਕਦੀ ਆ? ਨਹੀਂ ਵੀਰ ਜੀ, ਜੇਕਰ ਤੁਸੀਂ ਆਪਣਾ ਅਪਲਾਈ ਕਰਤਾ ਵਾ ਨਾ ਉੱਥੇ, ਅਤੇ ਇਹ ਵਾਇਰਸ ਦੇ ਨਾਲ ਇਹ ਨਹੀਂ ਹੈ ਕਿ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਊ ਜਾਂ ਕੁਛ ਹੋਊਗਾ, ਵੀਜ਼ਾ ਤੁਹਾਡਾ ਲੱਗ ਜੂਗਾ, ਪਰ ਸਿਰਫ ਇਹ ਵਾ ਕਿ ਫਲਾਈਟ ਜਿਹੜੀ ਤੁਸੀਂ ਆਉਣਾ ਵਾ ਉਹਦਾ ਹੋ ਸਕਦਾ ਵਾ ਕਿ ਥੋੜ੍ਹਾ ਬਹੁਤਾ, ਠੀਕ ਹੈ, ਲੇਟ ਹੋ ਜਾਵੇ ਜਾਂ ਫਿਰ ਤੁਹਾਨੂੰ, ਠੀਕ ਹੈ, ਹੋਰ ਕਿਸੇ ਤਰੀਕੇ ਨਾਲ ਆਉਣਾ ਪਵੇ। ਠੀਕ ਹੈ, ਹੋਰ ਇਹ ਤੁਹਾਡੇ ਵੀਜ਼ੇ ਦੇ ਉੱਪਰ ਨਹੀਂ ਗਾ, ਵੀਜ਼ੇ ਦਾ ਜਿਹੜਾ ਵਾ ਉਹ ਯਾਨੀ ਕਿ 35-40 ਦਿਨ 2 ਮਹੀਨੇ ਨੋਰਮਲੀ ਲਾਜ ਦਿੰਦੇ ਆ। ਇੱਕ ਵੀਰ ਨੇ ਕਿਹਾ ਕਿ 1 ਸਾਲ ਵਿੱਚ 2 ਵਾਰੀ ਪੇਪਰ ਅਪਲਾਈ ਹੁੰਦੇ ਹਨ 9 ਮੰਥ ਵਾਲੇ? ਨਹੀਂ ਵੀਰ ਜੀ, 1 ਸਾਲ ਦੇ ਵਿੱਚ ਜਿਹੜੇ ਇਹ ਪੇਪਰ ਆ ਸਿਰਫ 1 ਵਾਰੀ ਹੁੰਦੇ ਆ, 2 ਵਾਰੀ ਨਹੀਂ ਅਪਲਾਈ ਹੁੰਦੇ। ਠੀਕ ਹੈ, ਅਪਲਾਈ ਜਿਹੜੇ ਆ ਤੁਸੀਂ ਉਹ 9 ਮਹੀਨਿਆਂ ਵਿੱਚ ਭਾਵੇਂ 4 ਵਾਰੀ ਕਰ ਦਿਓ, ਭਾਵੇਂ 5 ਵਾਰੀ ਕਰ ਦਿਓ, ਪਰ ਜਿਹੜੇ ਖੁੱਲ੍ਹਦੇ ਆ ਉਹ ਸਿਰਫ 1 ਵਾਰੀ ਖੁੱਲ੍ਹਦੇ ਆ। 2020 ਵਿੱਚ ਕਦੋਂ ਪੇਪਰ ਓਪਨ ਹੋਣਗੇ ਇਹਦੇ ਬਾਰੇ ਆਪਾਂ ਗੱਲ ਕਰਨੀ ਹਾਲੇ। ਠੀਕ ਹੈ, ਕੁਝ ਸਵਾਲ ਹੋਰ ਮੇਰੇ ਵੀਰ ਨੇ ਪੁੱਛਿਆ ਕਿ 9 ਮੰਥ ਵਾਲੇ ਪੇਪਰਾਂ 'ਤੇ ਪਹੁੰਚ ਕੇ ਅਗਲੇ ਦਿਨ ਹੀ ਪੁਰਤਗਾਲ ਜਾ ਸਕਦੇ ਹਾਂ? ਬਿਲਕੁਲ ਵੀਰ ਜੀ, ਭਾਵੇਂ ਤੁਸੀਂ ਜਿੱਦਣ ਉੱਥੇ ਆਏ ਜੇ ਉੱਥੋਂ ਸਿੱਧਾ ਹੀ ਚੜ ਜਾਓ, ਪਰ ਇਹ ਵਾ ਕਿ ਥੋੜ੍ਹਾ ਜਿਹਾ ਜੇਕਰ ਤੁਸੀਂ 2-4 ਦਿਨ ਖਲੋ ਜਾਓਗੇ ਤਾਂ ਉਹ ਤੁਹਾਡੇ ਵਾਸਤੇ ਜ਼ਿਆਦਾ ਵਧੀਆ ਹੋਊਗਾ। ਠੀਕ ਆ, ਉਹਦੇ ਨਾਲ ਕਿ ਤੁਹਾਡਾ ਇੱਕ ਪੋਜ਼ਿਟਿਵ ਪੁਆਇੰਟ ਹੋ ਜੂਗਾ ਕਿ ਤੁਸੀਂ ਇਟਲੀ ਦੇ ਵਿੱਚ ਐਂਟਰੀ ਕੀਤੀ ਹੈ ਅਤੇ ਉਸ ਤੋਂ ਬਾਅਦ ਗਏ ਜੇ। ਓਪਨ ਇਮੀਗ੍ਰੇਸ਼ਨ ਬਾਰੇ ਕੋਈ ਜਾਣਕਾਰੀ ਦਿਓ? ਓਪਨ ਇਮੀਗ੍ਰੇਸ਼ਨ ਬਾਰੇ ਵੀਰ ਜੀ ਹਾਲੇ ਕੋਈ ਨਹੀਂ ਹੈਗਾ ਉਹਦੇ ਬਾਰੇ, ਕੁਛ ਨਹੀਂ ਕਹਿ ਸਕਦੇ ਕਿਉਂਕਿ ਹਾਲੇ ਤਾਂ ਇੱਥੇ ਇਹਨਾਂ ਨੇ ਵਾਇਰਸ ਕੀਤੀ ਪਈ ਆ। ਠੀਕ ਆ, ਜਦੋਂ ਵੀ ਇਹ ਵਾਇਰਸ ਵਾਲਾ ਪੰਗਾ ਜਿਹਾ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਓਪਨ ਇਮੀਗ੍ਰੇਸ਼ਨ ਪੇਪਰਾਂ ਬਾਰੇ ਸਾਰੀ ਗੱਲਬਾਤ ਕਰਨੀ ਸ਼ੁਰੂ ਕਰ ਦੇਣੀ ਹੈ। ਫਿਰ ਉਹਨਾਂ ਨੇ ਕਿਹਾ ਕਿ ਇਟਲੀ ਸੱਚੀ ਸਾਰੀ ਬੰਦ ਆ? ਕਿਸੇ ਨੇ ਕਿਹਾ ਕਿ ਇਟਲੀ ਸੱਚੀ ਸਾਰੀ ਬੰਦ ਆ, ਇਹ ਮੇਰੇ ਵੀਰ ਕਿਸੇ ਨੇ ਇੰਡੀਆ ਤੋਂ ਪੁੱਛਿਆ। ਵੀਰ ਜੀ, ਇਟਲੀ ਸਾਰੀ ਨਹੀਂ ਬੰਦ, ਠੀਕ ਆ, ਇਟਲੀ ਦੇ ਕੁਝ ਕੁ ਚੀਜ਼ਾਂ ਨੇ ਤੁਹਾਨੂੰ ਦੱਸਿਆ ਵਾ ਉਹ ਬੰਦ ਹੋ ਚੁੱਕੀਆਂ, ਸੱਚੀ ਬੰਦ ਹੋਈਆਂ ਵਾ। ਠੀਕ ਆ, ਆਵਾਜਾਈ ਜਿਹੜੀ ਆ ਉਹ ਬਹੁਤ ਘਟੀ ਪਈ ਆ ਕਿਉਂਕਿ ਲੋਕਾਂ ਨੂੰ ਉਹਨਾਂ ਨੇ ਘਰਾਂ ਦੇ ਵਿੱਚ ਰਹਿਣ ਲਈ ਕਿਹਾ ਵਾ, ਤਾਂ ਜਿਸ ਕਰਕੇ ਮਤਲਬ ਕਿ ਇਟਲੀ ਜਿਹੜੀ ਆ ਸਾਰੀ ਬੰਦ ਆ। ਠੀਕ ਹੈ ਜੀ, ਮੇਨ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ, ਪਰ ਬੰਦ ਸਾਰੀ ਨਹੀਂ ਕਿ ਖੁੱਲ੍ਹੀ ਵੀ ਹੈਗੀ ਆ। ਇੱਕ ਮੇਰੇ ਵੀਰ ਨੇ ਸਵਾਲ ਪੁੱਛਿਆ ਕਿ ਮੇਰਾ 4 ਮਾਰਚ ਨੂੰ ਵੀਜ਼ਾ ਲੱਗ ਗਿਆ ਵਾ, ਅਤੇ ਮੈਂ ਲਓ ਜੀ ਆ ਵੀਜ਼ੇ ਵਾਲਾ ਵੀਰ ਵੇਖ ਹੈਗਾ ਜੀ, 4 ਮਾਰਚ ਨੂੰ ਵੀਜ਼ਾ ਲੱਗ ਗਿਆ ਵਾ ਅਤੇ 9 ਮੰਥ ਵਾਲੇ ਪੇਪਰ ਬਣ ਜਾਣਗੇ? ਬਿਲਕੁਲ ਵੀਰ ਜੀ ਬਣਨਗੇ ਤੁਹਾਡੇ, ਜੇਕਰ ਤੁਹਾਡਾ 9 ਮੰਥ ਵਾਲਾ ਵੀਜ਼ਾ 4 ਮਾਰਚ ਨੂੰ ਲੱਗ ਗਿਆ ਵਾ ਤਾਂ ਤੁਸੀਂ ਰੱਬ ਦਾ ਨਾਂ ਲੈ ਕੇ ਚੜ ਕੇ ਇੱਧਰ ਆ ਜਾਓ ਅਤੇ ਇੱਥੇ ਆਣ ਕੇ ਆਪਣੇ ਪੇਪਰ ਅਪਲਾਈ ਕਰੋ ਅਤੇ ਤੁਹਾਨੂੰ ਮਿਲੂਗਾ, ਵਾਇਰਸ ਤੁਹਾਡਾ ਕੁੱਖ ਨਹੀਂ ਵਿਗਾੜ ਸਕਦਾ। ਠੀਕ ਹੈ ਜੀ, ਫਿਲਹਾਲ ਤੁਹਾਨੂੰ ਸਿਰਫ ਇਹ ਵਾ ਕਿ ਚੜ ਕੇ ਕਿਸ ਤਰੀਕੇ ਨਾਲ ਆ ਜਾਓ। ਠੀਕ ਆ, ਉਹ ਭਾਰਤ ਥੋੜ੍ਹਾ ਜਿਹਾ ਫਲਾਈਟਾਂ ਦਾ ਤੁਹਾਨੂੰ ਪਤਾ ਕਿ ਥੋੜ੍ਹਾ ਜਿਹਾ ਬੰਦ ਕੀਤੀਆਂ ਵਾ, ਉਹ ਜਦੋਂ ਵੀ ਚਾਲੂ ਹੋਣਗੀਆਂ ਉਦੋਂ ਤੁਸੀਂ ਆਪ ਚੜ੍ਹ ਕੇ ਅਤੇ ਆ ਸਕਦੇ ਜੇ ਅਤੇ ਆਪਣੇ ਪੇਪਰ ਇੱਥੇ ਬਣਾ ਸਕਦੇ ਜੇ। ਅਤੇ ਫਲਾਈਟ ਵੀ ਕੈਂਸਲ ਹਨ? ਬਿਲਕੁਲ ਵੀਰ ਜੀ, ਜਿਹੜੀਆਂ ਫਲਾਈਟਾਂ ਵਾ ਇਹਨਾਂ ਨੇ ਬਹੁਤ ਜ਼ਿਆਦੀਆਂ ਕੈਂਸਲ ਕੀਤੀਆਂ ਹੋਈਆਂ ਵਾ ਕਿ ਜਿਸ ਤਰ੍ਹਾਂ ਕਿ ਤੁਸੀਂ ਇਟਲੀ ਦੇ ਵਿੱਚੋਂ ਕਦੇ ਬਾਹਰ ਨਹੀਂ ਜਾ ਸਕਦੇ ਜਾਂ ਬਾਹਰੋਂ ਕੋਈ ਬੰਦਾ ਇਟਲੀ ਦੇ ਵਿੱਚ ਨਹੀਂ ਆ ਸਕਦਾ, ਇਹ ਸਭ ਕੁਛ ਸੱਚੀ ਗੱਲ ਆ। ਪਰ ਇਹਦੇ ਵਿੱਚ ਜਿਹੜੀ ਸੱਚਾਈ ਆ ਉਹ ਇਹ ਵੀ ਹੈਗੀ ਆ ਕਿ ਜੇਕਰ ਤੁਹਾਨੂੰ ਬਹੁਤ ਜ਼ਰੂਰੀ ਕੰਮ ਜਾਂ ਕੋਈ ਐਮਰਜੈਂਸੀ ਆ ਜਾਂ ਕੁਛ ਇਸ ਤਰ੍ਹਾਂ ਦੀ ਪ੍ਰੋਬਲਮ ਆ ਤਾਂ ਉਹ ਤੁਸੀਂ ਆ ਅਤੇ ਜਾ ਸਕਦੇ ਜੇ, ਉਹਦੇ ਵਿੱਚ ਤੁਹਾਨੂੰ ਕੋਈ ਡਰ ਨਹੀਂ ਹੈਗਾ। ਪਰ ਉਹਦੇ ਵਾਸਤੇ ਤੁਹਾਨੂੰ ਪ੍ਰੋਪਰਲੀ ਆਪਣੀ ਜਿਹੜੀ ਐਮਰਜੈਂਸੀ ਆ ਉਹ ਜਿਹੜੀ ਆ ਦੱਸਣੀ ਪੈਣੀ ਆ ਅਤੇ ਫਿਰ ਤੁਸੀਂ ਆਪਣਾ ਜਿਹੜਾ ਵਾ ਇਹ ਆ ਅਤੇ ਜਾ ਸਕਦੇ ਜੇ, ਇਹ ਨਹੀਂ ਗਾ ਕਿ ਤੁਸੀਂ ਆ ਜਾ ਨਹੀਂ ਸਕਦੇ।
ਪਰ ਜੇਕਰ ਆਪਾਂ ਨੋਰਮਲੀ ਕਹੀਏ ਕਿ ਆਪਾਂ ਇਟਲੀ ਵਿੱਚ ਰਹਿੰਦੇ ਹਾਂ ਕਿ ਆਪਾਂ ਜਰਮਨ ਘੁੰਮਣ ਜਾਣਾ ਵਾ ਜਾਂ ਫਰਾਂਸ ਜਾਣਾ ਵਾ ਜਾਂ ਪੁਰਤਗਾਲ ਜਾਣਾ ਵਾ ਅਤੇ ਓਕੇ ਬਿਨਾਂ ਮੋਟਿਵ ਤੋਂ ਤੁਹਾਨੂੰ ਉਹਨਾਂ ਨੇ ਨਹੀਂ ਜਾਣ ਦੇਣਾ। ਜੇਕਰ ਸਪੋਜ ਕਰੋ ਕਿ ਤੁਸੀਂ ਬਿਨਾਂ ਮੋਟਿਵ ਤੋਂ ਉੱਥੇ ਏਅਰਪੋਰਟ 'ਤੇ ਪਹੁੰਚ ਵੀ ਗਏ ਜੇ, ਅਤੇ ਇਹ ਹੋ ਸਕਦਾ ਕਿ ਤੁਹਾਨੂੰ ਜਿਹੜਾ ਏਅਰਪੋਰਟ 'ਤੇ ਜਿਹੜਾ ਬੰਦਾ ਤੁਹਾਨੂੰ ਉੱਥੇ ਰੋਕੂਗਾ ਪੁਲਿਸ ਵਾਲਾ, ਅਤੇ ਵੀਰ ਹੋ ਸਕਦਾ ਕਿ ਤੁਹਾਨੂੰ ਉਹ ਜੁਰਮਾਨਾ ਕਰਦੇ, ਅਤੇ ਜੁਰਮਾਨਾ ਜਿਹੜਾ ਉਹਨੇ ਕਰਨਾ ਉਹਦੀ ਮਰਜ਼ੀ ਆ ਕਿੰਨਾ ਕਰਨਾ ਵਾ, ਠੀਕ ਆ, 200 ਵੀ ਕਰ ਸਕਦਾ, 300 ਵੀ ਕਰ ਸਕਦਾ, 400 ਵੀ ਕਰ ਸਕਦਾ, ਉਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਠੀਕ ਹੈ, ਫਿਰ ਧਿਆਨ ਸੀ ਕਿ ਜੇਕਰ ਤੁਹਾਡੇ ਕੋਲ ਕੋਈ ਠੋਸ ਸਬੂਤ, ਕੋਈ ਠੋਸ ਤੁਹਾਡੇ ਕੋਲੋਂ ਇਹੋ ਜਿਹੀ ਐਮਰਜੈਂਸੀ ਦਾ ਹੈਗੀ ਆ ਤੁਹਾਡੇ ਹੱਥ 'ਚ ਆ, ਫਿਰ ਜਾ ਕੇ ਤੁਸੀਂ ਮਤਲਬ ਕਿ ਕਿਤੇ ਵੀ ਜਾ ਸਕਦੇ ਜੇ, ਅਦਰਵਾਈਜ਼ ਤੁਸੀਂ ਇਟਲੀ ਦੇ ਵਿੱਚ ਇੱਕ ਰਹਿ ਸਕਦੇ ਜੇ। ਕਹਿਣ ਦਾ ਮਤਲਬ ਕਹਿ ਲਓ ਕਿ ਜਿਤਨਾ ਮਿੱਠੀ ਜੇਲ੍ਹ ਕਹਿੰਦੇ ਨੇ ਇਟਲੀ ਦੇ ਵਿੱਚ, ਚੁੱਪ ਕਰਕੇ ਹਾਲੇ ਬਾਬੇ ਦਾ ਨਾਂ ਲੈ ਕੇ ਅਤੇ ਘਰਾਂ ਵਿੱਚ ਬੈਠੇ ਰਹੋ, ਠੀਕ ਆ, ਪਰਮਾਤਮਾ ਦਾ ਨਾਂ ਲਓ ਕਿ ਜਿਹੜਾ ਇਹ ਵਾਇਰਸ ਹੈਗਾ ਵਾ ਇਹ ਸਾਰਾ ਖਤਮ ਹੋਵੇ, ਅਤੇ ਉਸ ਤੋਂ ਬਾਅਦ ਜਿਹੜੇ ਸਾਰੇ ਕੰਮ ਸ਼ੁਰੂ ਹੋਣ। ਅਤੇ ਬਾਕੀ ਪੇਪਰਾਂ ਵਾਲੀ ਜਿਹੜੀ ਗੱਲ ਆ, ਉਹ 2020 ਵਾਲੇ ਪੇਪਰ, ਉਹ ਵੀ ਵੀਰ ਜੀ ਮਤਲਬ ਕਿ ਇਹ ਵਾਇਰਸ ਖਤਮ ਹੋਣ ਤੋਂ ਬਾਅਦ, ਠੀਕ ਆ, ਹੋ ਸਕਦਾ ਕਿ ਛੇਤੀ ਖੁੱਲ੍ਹ ਜਾਣ, ਕਿਉਂਕਿ ਇਸੇ ਮਹੀਨੇ ਵਿੱਚ ਅਪ੍ਰੈਲ ਮਈ ਦੇ ਵਿੱਚ ਹੀ ਮਤਲਬ ਕਿ ਖੋਲ੍ਹਦੇ ਹੁੰਦੇ ਆ, ਪਿਛਲੀ ਵਾਰ ਅਪ੍ਰੈਲ 'ਚ ਖੋਲ੍ਹੇ ਸੀ, ਐਤਕੀ ਮਈ 'ਚ ਖੁੱਲ੍ਹ ਜਾਣਗੇ, ਠੀਕ ਆ, ਅਤੇ ਉਹ ਇਹ ਵਾ ਕਿ ਖੁੱਲ੍ਹ ਜਾਣਗੇ। ਅਤੇ ਲਓ ਵੀਰ ਜੀ ਆਪਣੀ ਜਿਹੜੀ ਵੀਡੀਓ ਅੱਜ ਦੀ ਇੰਨੀ, ਅਤੇ ਤੁਹਾਡਾ ਕੋਈ ਸਵਾਲ ਹੋਰ ਹੋਵੇ ਬਿਨਾਂ ਭਰ 9 ਵਾਲੇ ਮੰਥ ਵਾਲੇ ਪੇਪਰਾਂ ਤੋਂ ਅਤੇ ਬਿਨਾਂ ਵਾਇਰਸ ਤੋਂ, ਅਤੇ ਵੀਰ ਜੀ ਆਪਣਾ ਕਮੈਂਟ ਵਿੱਚ ਆਪਣਾ ਦੱਸਿਓ, ਅਤੇ ਫਿਰ ਆਪਾਂ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ। ਅਤੇ ਕੋਈ ਵੀ ਤੁਹਾਡਾ ਹੋਰ ਤੁਹਾਡੇ ਦਿਮਾਗ 'ਚ ਆਵੇ ਕਿ ਹਾਂਜੀ ਵੀਰ ਜੀ ਅਸੀਂ ਇਸ ਤਰ੍ਹਾਂ ਆਣ ਕੇ ਕੀ ਕਰ ਸਕਦੇ ਹਾਂ, ਜਾਂ ਤੁਹਾਡਾ ਕੋਈ ਕੰਮ ਅੜਿਆ ਵਾ ਉਹਦੇ ਬਾਰੇ ਪੁੱਛ ਸਕਦੇ ਜੇ, ਠੀਕ ਆ, ਕੁਛ ਵੀ ਆ, ਅਤੇ ਲਓ ਵੀਰ ਜੀ ਆਪਣੀ ਹੈਗੀ ਸੀ ਅਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਤਾ ਵਾ। ਅਤੇ ਓਕੇ, ਬਾਏ, ਸਤਿ ਸ਼੍ਰੀ ਅਕਾਲ, ਟੇਕ ਕੇਅਰ, ਜਿਉਂਦੇ ਰਹੋ, ਵੱਸਦੇ ਰਹੋ, ਹੱਸਦੇ ਰਹੋ, ਖੇਡਦੇ ਰਹੋ, ਬਾਏ।